ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਫ਼ਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਹਫ਼ਤੇ ਦੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ ਸੋ ਬੀਤੇ ਹਫ਼ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ ਪੂਰੀ ਖ਼ਬਰ ਤਾਂ ਨਜ਼ਰ ਪਾਵਾਂਗੇ ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ ਜਿਸ ਦਾ ਨਾਮ ਗੂੰਜਾਂ ਸਿੱਖ ਫ਼ਰਸੇ ਦੀਆਂ ਦਿੱਲੀਸ਼ਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕੀਰਤਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਗੁਰਦੁਆਰਾ ਕਾਬਗਨ ਸਾਹਿਬ ਸਥਿਤ ਲਕੀਸ਼ਾ ਬੰਜਾਰਾ ਹਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਦਿੱਲੀਸ਼ਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਹਾਜ਼ਰ ਿਲਵਾਈ ਗਈ। ਇਸੇ ਦੌਰਾਨ ਦਿੱਲੀਸ਼ਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਏ। ਵਧਾਈ ਦੇ ਪਾਤਰ ਇਹ ਸੰਗਤ ਜਿਹੜੀ ਸਵੇਰੇ ਅੰਮ੍ਰਿਤ ਵੇਲੇ ਤੋਂ ਸਾਈਹਬਾਂ ਦੇ ਇਸ ਆਗਮਨ ਪੂਰਵ ਦੀਆਂ ਖੁਸ਼ੀਆਂ ਮਨਾ ਰਹੀ ਹੈ। ਲਗਾਤਾਰ ਗੁਰੂ ਜਸ ਗਾਇਨ ਕਰਦੇ ਹੋਏ ਸੰਗਤ ਜਿਸ ਤਰੀਕੇ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਦਰਬਾਰ ਹਾਲ ਦੇ ਵਿੱਚ ਬੈਠੀ ਆ। ਮੈਂ ਸਮਝਦਾ ਕਿ ਵਾਕਈ ਜਿਸ ਤਰ੍ਹਾਂ ਹੁਣੇ ਸਟੇ ਸੈਕਟਰੀ ਸਾਹਿਬ ਨੇ ਗੱਲ ਕੀਤੀ ਕਿ ਉਹ 2 ਸਾਲ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਪਰਬ ਨਹੀਂ ਮਨਾ ਸਕੇ ਆਪਣੇ ਗੁਰੂਆਂ ਦੇ ਦਿਹਾੜੇ ਨਹੀਂ ਮਨਾ ਸਕੇ ਅੱਜ ਉਹਦੀਆਂ ਕਮੀਆਂ ਪੂਰੀਆਂ ਹੋ ਰਹੀਆਂ ਸਾਰੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਔਰ ਗੁਰੂ ਨਾਨਕ ਸਾਹਿਬ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਜਿਹੜੀਆਂ ਉਹਨਾਂ ਦੇ ਜੀਵਨ ਕਾਲ ਦਾ ਸਿਧਾਂਤ ਉਹਨਾਂ ਨੇ ਸਾਨੂੰ ਦਿੱਤਾ ਮੈਂ ਸਮਝਦਾ ਕਿ ਅੱਜ ਅਸੀਂ ਸਾਰੇ ਬੜਪਾਗੀਆਂ ਕਿ ਅਸੀਂ ਉਹਨਾਂ ਦੇ ਉੱਤੇ ਪੈਰਾ ਦੇ ਰਹੇ ਹਾਂ ਅਸੀਂ ਪੈਰਾ ਦੇ ਰਹੇ ਹਾਂ ਆਪਣੀ ਗੁਰੂ ਦੀਆਂ ਉਹਨਾਂ ਗੱਲਾਂ ਦੇ ਉੱਤੇ ਜਿਹੜੋ ਸਾਨੂੰ ਦੱਸ ਕੇ ਗਏ ਜਿੱਥੇ ਉਹਨਾਂ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ ਏਕ ਓੰਕਾਰ ਦੀ ਗੱਲ ਕੀਤੀ ਨਾਮ ਜਪੋ ਵੰਡ ਛਕੋ ਔਰ ਕਿਰਤ ਕਰੋ ਦੀ ਗੱਲ ਕੀਤੀ ਹੈ ਅੱਜ ਦੇਖ ਸਕਦੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਸੰਗਤਾਂ ਨੇ ਮੈਂ ਹੁਣੇ ਗੱਲ ਕੀਤੀ ਹੈ ਕਿ ਨਗਰ ਕੀਰਤਨ ਦੇ ਵਿੱਚ ਇਸ ਤਰੀਕੇ ਦੇ ਨਾਲ ਸੇਵਾਵਾਂ ਨਿਭਾਈਆਂ ਇਹ ਵਾਕਏ ਗੁਰੂ ਮਹਾਰਾਜਾ ਉਹ ਸਿਧਾਂਤ ਕਿ ਆਪਣੀ ਕਿਰਤ ਕਮਾਈਆਂ ਚੋਂ ਲੰਗਰ ਦੀਆਂ ਸੇਵਾਵਾਂ ਕਰਨੀਆਂ ਔਰ ਇਸ ਮਾਮਲੇ ਦੇ ਵਿੱਚ ਜਿੱਥੇ ਪੂਰੀ ਦੁਨੀਆ ਦੇ ਵਿੱਚ ਸਿੱਖ ਆਪਣਾ ਅਲੱਗ ਵਿਚਾਰ ਸੁਰਖਦੇ ਹਨ ਅਲੱਗ ਸੋਚ ਰੱਖਦੇ ਹਨ ਔਰ ਮੈਂ ਸਮਝਦਾ ਕਿ ਇੰਨੀ ਵੱਡੀ ਜਿਹੜੀ ਦਾਤ ਹੈ ਕਿਸੇ ਕੌਮ ਦੇ ਵਿੱਚ ਹੋਰ ਨਹੀਂ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਦੇਖ ਕੇ ਗਏ ਗੁਰੂ ਮਹਾਰਾਜ ਸਾਹਮਣੇ ਸਾਨੂੰ ਸੰਵਾਦ ਦੀ ਗੱਲ ਕੀਤੀ ਹੁਣੇ ਭਾਈ ਸਾਹਿਬ ਹੁਣੇ ਕੀਰਤਨ ਦੇ ਵਿੱਚ ਗੱਲ ਕਰ ਰਹੇ ਸੀ ਇੱਕ ਐਸਾ ਬ੍ਰਹਮ ਅਸਤਰ ਜਿੰਨੂੰ ਕਹਿ ਸਕਦੇ ਆ ਜਿਨੇ ਦੁਨੀਆ ਦੇ ਵਿੱਚ ਹਰ ਵੱਡੇ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਪੂਰਾ ਕੀਤਾ ਉਹਨਾਂ ਨੂੰ ਹੱਲ ਕੀਤਾ ਉਹ ਸਿਰਫ ਤੇ ਸਿਰਫ ਇੱਕ ਡਾਇਲੋਗ ਸੰਵਾਦ ਦੇ ਦਰ ਕਰਕੇ ਜੇ ਸੰਵਾਦ ਅਸੀਂ ਇੱਕ ਦੂਜੇ ਨਾਲ ਨਾਲ ਰੱਖੀਏ ਇਹ ਗੁਰੂ ਮਹਾਰਾਜ ਸਾਨੂੰ ਦੱਸ ਕੇ ਗਏ ਗੁਰੂ ਮਹਾਰਾਜ ਨੇ ਸਾਨੂੰ ਆਪਣੇ ਜੀਵਨ ਕਾਲ ਦੇ ਸਾਰੇ ਉਨੇਦਿਸ਼ਾਂ ਤੇ ਦੱਸਿਆ ਕਿ ਜੇ ਬਚਪਨ ਦੇ ਵਿੱਚ ਉਹਨਾਂ ਦੇ ਉੱਤੇ ਜ਼ੋਰਦਬਸਤੀ ਦੇ ਨਾਲ ਜਨੇਊ ਪਾਣ ਦੀ ਗੱਲ ਕੀਤੀ ਗਈ ਤੇ ਉਹਨਾਂ ਨੇ ਉਸ ਜਨੇਊ ਪਾਣ ਤੋਂ ਇਨਕਾਰ ਕਰਤਾ ਔਰ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਹੀ ਜਨੇਊ ਦੀ ਰਾਖੀ ਲਈ ਆਪਣੇ ਸਰੀਰ ਦੇ ਤਾਂ ਆਪਣੇ ਆਪ ਨੂੰ ਸ਼ਹੀਦੀ ਦੇ ਕੇ ਇਸ ਜਨੇਊ ਦੀ ਰੱਖਿਆ ਵੀ ਕੀਤੀ ਇਸ ਕਰਕੇ ਸਾਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਹੈ ਕਿ ਨਾ ਕਿਸੇ ਦੇ ਨਾਲ ਧੱਕਾ ਕਰਾਂਗੇ ਤੇ ਨਾ ਕਦੀ ਸਮਾਂਗੇ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਾਨੂੰ ਉਦੇਸ਼ ਹੈ ਉਹਨਾਂ ਉਦੇਸ਼ਾਂ ਦੇ ਚੱਲਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਜੋ ਸੇਵਾਵਾਂ ਤੁਸੀਂ ਸੰਗਤਾਂ ਨੇ ਸਾਨੂੰ ਦਿੱਤੀਆਂ ਅਸੀਂ ਉਹਦੇ ਉੱਤੇ ਪਹਿਰਾ ਦੇ ਰਹੇ ਹਾਂ ਅਸੀਂ ਆਪਣਾ ਫਰਜ਼ ਸਮਝਦੇ ਹੋਏ ਲਗਾਤਾਰ ਜਿਹੜੇ ਗੁਰੂ ਘਰ ਦੇ ਵਿੱਚ ਕਾਰਜ ਨੇ ਭਾਵੇਂ ਉਹ ਸੇਵਾਵਾਂ ਬਹੁਤ ਵੱਡੇ ਪੱਧਰ ਦੇ ਉੱਤੇ ਕਿਉਂਕਿ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਇੱਕ ਦੁਨੀਆ ਦੀ ਨਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਈਆਂ ਕਿ ਜਿਹੜੀਆਂ ਸੇਵਾਵਾਂ ਮੈਡੀਕਲ ਦੇ ਰੂਪ ਦੇ ਵਿੱਚ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੋ ਸ਼ਾਇਦ ਦੁਨੀਆ ਦੇ ਵਿੱਚ ਹੋਰ ਕਿਧਰੇ ਨਹੀਂ ਹੋ ਰਿਆ ਅਸੀਂ ਜਿੱਥੇ ਫ੍ਰੀ ਡਾਇਲਿਸਿਸ ਦੇ ਕੰਮ ਕਰ ਰਹੇ ਹਾਂ 50 ਰੁਪਏ ਦੇ ਵਿੱਚ ਐਮ ਆਰ ਆਈ ਸੀਟੀ ਸਕੈਨ ਅਸੀਂ ਪਿੱਛੇ ਵੀ ਗੱਲ ਕੀਤੀ ਸੀ ਜਿਹੜੇ ਮੈਮੋਗ੍ਰਾਫੀ ਦੇ ਟੈਸਟ ਨੇ ਉਹ ਵੀ ਕੈਂਸਰ ਨੂੰ ਡਿਟੈਕਟ ਕਰਨ ਵਾਲੇ ਉਹ ਵੀ ਸ਼ੁਰੂ ਕਰਤੇ ਗਏ ਮੈਂ ਅੱਜ ਸੰਗਤਾਂ ਨੂੰ ਵਧਾਈ ਦਵਾਂਗਾ ਕਿ ਜਿਹੜੀਆਂ ਪ੍ਰੋਬਲਮਸ ਅਟਕਲਾ ਬਾਲਾ ਸਾਹਿਬ ਹਸਪੀਟਲ ਨੂੰ ਸ਼ੁਰੂ ਕਰਨ ਦੇ ਵਿੱਚ ਡਿਪਾਰਟਮੈਂਟਸ ਤੋਂ ਸਾਨੂੰ ਆ ਰਹੀਆਂ ਸੀ ਪਰਮਿਸ਼ਨਸ ਦੀਆਂ ਤਕਰੀਬਨ ਤਕਰੀਬਨ ਸਾਰੀਆਂ ਪੂਰੀਆਂ ਹੋ ਗਿਆ ਸਾਨੂੰ ਉਮੀਦ ਹੈ ਕਿ 2023 ਦੀ ਪਹਿਲੀ ਤਰੀਕ ਤੋਂ ਪਹਿਲਾ ਪਹਿਲਾ ਅਸੀਂ ਉਸ ਹਸਪੀਟਲ ਦੀ ਆਰੰਭਤਾ ਕਰਾਂਗੇ ਔਰ ਸੰਗਤਾਂ ਨੂੰ ਸਮਰਪਿਤ ਕਰਾਂਗੇ ਕਿਉਂਕਿ ਬਹੁਤ ਵੱਡੇ ਲੈਵਲ ਦੇ ਉੱਤੇ ਬਹੁਤ ਵੱਡੀ ਤੇਜ਼ੀ ਦੇ ਨਾਲ ਪੰਤਰਤਨ ਬਾਬਾ ਹਰਬੰਸ ਸਿੰਘ ਜੀ ਦੇ ਵਰਸਾਏ ਬਾਬਾ ਬਚਨ ਸਿੰਘ ਜੀ ਦੀ ਸਮੁੱਚੀ ਸੰਪਰਦਾ ਉਥੇ ਕਾਰ ਸੇਵਾ ਵੀ ਕਰ ਰਹੀ ਹੈ। ਮੈਡੀਕਲ ਲਾਈਨ ਦੇ ਉੱਤੇ ਦਿੱਲੀਆ ਦੇ ਵਿੱਚ ਆਪਣਾ ਪੂਰੋਸਾ ਜਮਾਨ ਦੇ ਨਾਲ-ਨਾਲ ਧਰਮ ਪ੍ਰਚਾਰ ਦੀ ਜਿਹੜੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਅਸੀਂ ਆਪਣੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿੱਥੇ ਗੁਰਨਾਨਕ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਉਦੇਸ਼ ਦੇ ਕੇ ਗਏ ਔਰ ਹੁਕਮ ਕਰਕੇ ਗਏ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਸੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਅੱਗੇ ਵਧਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਉਦੇਸ਼ ਕੀ ਹੈ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਸ ਤਰੀਕੇ ਦੇ ਨਾਲ ਇਸ ਬਾਣੀ ਨੂੰ ਸੰਪਾਦ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ਉਹ ਕਾਰਕਰ ਦੇ ਵਿੱਚ ਉਹਨਾਂ 36 ਬਾਣੀਕਾਰਾਂ ਦੀ ਬਾਣੀ ਦੇ ਉੱਤੇ ਕਿਉਂਕਿ ਇਹ 36 ਬਾਣੀਕਾਰ ਜਿਹੜੇ ਸੀ ਇਹ ਪ੍ਰੋਗਰਾਮ ਕਰਾਏ ਜਾ ਰਹੇ ਹਨ ਵੱਖ-ਵੱਖ ਇਲਾਕਿਆਂ ਦੇ ਵਿੱਚ ਤਕਰੀਬਨ 13-14 ਪ੍ਰੋਗਰਾਮ ਹੋ ਚੁੱਕੇ ਹਨ ਔਰ ਇਹ 36 ਬਾਣੀਕਾਰਾਂ ਦੇ ਉੱਤੇ ਬਾਣੀ ਦਾ ਪ੍ਰਚਾਰ ਪ੍ਰਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਦੇ ਨਾਲ ਅੱਗੇ ਵਧਾ ਰਹੀ ਹੈ ਗੁਰੂਕਾਰਾਂ ਦੇ ਸਾਰੇ ਕਾਰਜਾਂ ਨੂੰ ਤਾੜੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਥੇ ਪੂਰਾ ਕੀਤਾ ਜਾਂਦਾ ਹੈ ਮੈਂ ਅੱਜ ਇਹ ਵੀ ਦੱਸਦੇ ਹੋਏ ਮੈਨੂੰ ਖੁਸ਼ੀ ਹੈ ਕਿ ਕਿ ਸਾਡੀਆਂ ਸੇਵਾਵਾਂ ਜਿਸ ਵਕਤ ਸਾਨੂੰ ਜ਼ਿੰਮੇਵਾਰੀ ਮਿਲੀ ਸੀ ਦਿੱਲੀ ਸੇ ਗੁਰਦੁਆਰਾ ਕਮੇਟੀ ਵੱਲੋਂ ਅਸੀਂ ਜਿਹੜੇ ਹਾਲਾਤ ਸਕੂਲਾਂ ਦੇ ਹੋ ਰਹੇ ਸਨ ਜਿਸ ਤਰੀਕੇ ਦੇ ਨਾਲ ਫੀਸਾਂ ਦੀਆਂ ਔਰ ਉਹਨਾਂ ਦੀਆਂ ਪਿਛਲੇ 6 ਸੇ ਕਮਿਸ਼ਨ ਦੇ ਜਿਹੜੇ ਏਰੀਅਰ ਸੀ ਤਕਰੀਬਨ ਸਾਰੇ ਪੂਰੇ ਕਿਤੇ ਜਾ ਰਹੇ ਨੇ ਕਿਉਂਕਿ ਕੋਟਾਂ ਦੇ ਫੈਸਲੇ ਦੇ ਰਾਹੀਂ ਕੋਟਾਂ ਦੇ ਵਿੱਚ ਅਸੀਂ ਕਮਿਟਮੈਂਟਸ ਕਰਕੇ ਆਏ ਔਰ ਸਾਰਿਆਂ ਨੂੰ ਇਹ ਉਹਨਾਂ ਦੇ ਵੰਡ ਦੇ ਹੱਕ ਦਿੱਤੇ ਜਾ ਰਹੇ ਹਨ ਅੱਜ ਇਸੇ ਕਰਕੇ ਇੱਕ ਸੁਹਾਵਾ ਮਾਹੌਲ ਸਕੂਲਾਂ ਦਾ ਵਿੱਚ ਹੋ ਗਿਆ ਕਈ ਕਈ ਸਾਲ ਤੋਂ ਇਹਨਾਂ ਸਕੂਲਾਂ ਦੇ ਵਿੱਚ ਕੋਈ ਕੰਪੀਟੀਸ਼ਨ ਸਪੋਰਟਸ ਦੇ ਨਹੀਂ ਕੀਤੇ ਜਾ ਰਹੇ ਸੀ ਅੱਜ ਲਗਾਤਾਰ ਇੰਟਰ ਸਕੂਲ ਕੰਪੀਟੀਸ਼ਨਸ ਭਾਵੇਂ ਉਹਨੂੰ ਬੈਡਮਿੰਟਨ ਦਾ ਲੈ ਲਓ ਭਾਵੇਂ ਉਹਨੂੰ ਟੇਬਲ ਟੈਨਿਸ ਦਾ ਲੈ ਲਓ ਹਾਕੀ ਦਾ ਲੈ ਲਓ ਇਹ ਸਾਰੇ ਇੰਟਰ ਸਕੂਲ ਕੰਪੀਟੀਸ਼ਨਸ ਵੀ ਸਕੂਲਾਂ ਵੱਲੋਂ ਕਰਾਏ ਜਾ ਰਹੇ ਹਨ ਇਹ ਗੱਲ ਮੈਂ ਇਸ ਕਰਕੇ ਤੁਹਾਡੇ ਸਾਰਿਆਂ ਨਾਲ ਕਰ ਰਿਹਾ ਕਿਉਂਕਿ ਇਹ ਕੌਮ ਦੇ ਬਹੁਤ ਵੱਡਾ ਸਰਮਾਇਆ ਸਾਡੇ ਵਿਦਿਆਲੇ ਜਿੱਥੇ ਸਾਡੇ ਬੱਚਿਆਂ ਨੇ ਸਿੱਖਿਆ ਲੈ ਕੇ ਆਪਣਾ ਜੀਵਨ ਅੱਗੇ ਬਿਤਾਣਾ ਹੁੰਦਾ ਔਰ ਇਹਨਾਂ ਦੀਆਂ ਇੱਕ ਇੱਕ ਰਿਪੋਰਟ ਤੁਹਾਡੇ ਤੱਕ ਹੋਣੀ ਚਾਹੀਦੀ ਹੈ ਕਿਉਂਕਿ ਸਾਡੀਆਂ ਇੱਕ ਬੜੀ ਵੱਡੀ ਕਮੀ ਰਹੀ ਹੈ ਸਾਡੀ ਕੌਮ ਦੇ ਵਿੱਚ ਕਿ ਕਮਾਂ ਦੇ ਨਾਲ ਨਾਲ ਜਿਹੜੀਆਂ ਲੋਕ ਅੱਜ ਕੱਲ ਸੋਸ਼ਲ ਮੀਡੀਆ ਰਾਹੀਂ ਜਿਹੜੇ ਭੰਡੀ ਪ੍ਰਚਾਰ ਕਰਦੇ ਆ ਉਹਨਾਂ ਤੋਂ ਵੀ ਸੁਚੇਤ ਰਹਿਣ ਵਾਸਤੇ ਸੰਗਤਾਂ ਨੂੰ ਇਹ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਸੰਗਤਾਂ ਨੂੰ ਇਹ ਵੀ ਦੱਸਣ ਦੀ ਸਾਨੂੰ ਜ਼ਰੂਰਤ ਹੈ ਕਿ ਜਿਸ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਖ ਸੇਵਾਦਾਰ ਦੇ ਤੌਰ ਦੇ ਉੱਤੇ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਸੀ ਸਭ ਤੋਂ ਪਹਿਲਾ ਅਸੀਂ ਇਹ ਫੈਸਲਾ ਲਿਆ ਕਿ ਜਿਨ੍ਹਾਂ ਕਰਕੇ ਇੱਕ ਦੂਜਿਆਂ ਦੇ ਉੱਤੇ ਉਂਗਲਾਂ ਉਠਦੀਆਂ ਨੇ ਉਹਨਾਂ ਅਕਾਊਂਟਸ ਨੂੰ ਪਾਰਦਰਸ਼ਤਾ ਦੇ ਨਾਲ ਸੰਗਤਾਂ ਦੇ ਵਿੱਚ ਲਿਆਇਆ ਜਾਏ ਔਰ ਦਿੱਲੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੱਕ ਅਲੱਗ ਸੰਸਥਾ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਗਈ ਔਰ ਸਿੱਖ ਫੋਰਮ ਦੇ ਪ੍ਰਧਾਨ ਸਾਹਿਬ ਨੂੰ ਸਰਦਾਰ ਰਵਿੰਦਰ ਰਜਿੰਦਰ ਸਿੰਘ ਜੀ ਹੂਜਾ ਜੀ ਉਹਨਾਂ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਸਾਡੇ ਸਾਡੇ ਸਾਰੇ ਅਕਾਊਂਟਸ ਨੂੰ ਉਹਨਾਂ ਦੀ ਸਕਰੂਟੀ ਵੀ ਕਰੋ ਉਹਨਾਂ ਦੀ ਆਡਿਟਿੰਗ ਵੀ ਕਰੋ ਔਰ ਉਹਨੂੰ ਸੁਚਾਰੂ ਰੂਪ ਨੂੰ ਚਲਾਉਣ ਵਸੇ ਸਾਨੂੰ ਉਹਨਾਂ ਦੇ ਬਾਰੇ ਜਾਣੂ ਵੀ ਨਾਲ-ਨਾਲ ਕਰਾਇਆ ਕਰੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਅੱਜ ਲਗਾਤਾਰ 7 ਮਹੀਨਿਆਂ 8 ਮਹੀਨਿਆਂ ਤੋਂ ਉਹ ਵੀ ਆਪਣੀਆਂ ਸੇਵਾਵਾਂ ਦੇ ਨਾਲ ਹਰ ਪਾਰਦਰਸ਼ਤਾ ਦੇ ਨਾਲ ਇਸ ਗੁਰੂ ਘਰ ਦੀਆਂ ਕੰਮ ਕਰ ਰਹੇ ਹਨ ਗੁਜਰਾ ਸਫਰਸ਼ਦੀਆਂ ਸਾਡੇ ਖਾਸ ਪੇਸ਼ਕਸ਼ ਇਸ ਤਰ੍ਹਾਂ ਜਾਰੀ ਰਹੇਗੀ ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਆਪ ਸਾਰਦਰਸ਼ਕਾਂ ਦਾ ਸਵਾਗਤ ਹੈ ਬ੍ਰੇਕ ਤੇ ਜਾਣ ਤੋਂ ਪਹਿਲੇ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀਗੀਆਂ ਗੁਰਦਾਰਾ ਕਾਬਗਨ ਸਥਾਪਿਤ ਲਕੀਸ਼ਾ ਵੰਜਾਰਾ ਹਾਲ ਦੀਆਂ ਜਿੱਥੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ ਸੀ ਤੇ ਇਸ ਮੌਕੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਵੱਲੋਂ ਵੀ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕੀਤੇ ਗਏ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਪ੍ਰਕਾਸ਼ ਗੁਰਪੁਰਬ ਦੀ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਨੇ ਆਪ ਸੰਗਤਾਂ ਤੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਕਦਮ ਕਦਮ ਚੱਲ ਕੇ ਗੁਰੂ ਸਾਹਿਬ ਦੇ ਨਤਮਸਤਕ ਹੋ ਰਹੇ ਹੋ ਹਾਜ਼ਰੀਆਂ ਭਰ ਕੇ ਦੀਵਾਨ ਦੇ ਵਿੱਚ ਕੀਰਤਨ ਸਰਵਨ ਕਰਕੇ ਗੁਰਮਤ ਵਿਚਾਰਾਂ ਸਰਵਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਤਿੰਨ ਉਪਦੇਸ਼ ਮੁੱਖ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਜੋ ਸੰਗਤਾਂ ਨੂੰ ਦਿੱਤੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤਾ ਉਸ ਦੇ ਉੱਤੇ ਉਹਨਾਂ ਨੇ ਪਹਿਰਾ ਦਿੱਤਾ ਨਾਮ ਜਪਣ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਨੇ ਤੇ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਜਿੱਥੇ ਆਪ ਉਸ ਮਾਲਕ ਦੀ ਬਾਣੀ ਉਚਾਰਨ ਕੀਤੀ ਤੇ ਨਾਲ ਇਹ ਕਿਹਾ ਕਿ ਇਹ ਬਾਣੀ ਉਸ ਅਕਾਲ ਪੁਰਖ ਦੀ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੇ ਗਿਆਨ ਵੇ ਲਾ ਲੋ ਸੋ ਗੁਰੂ ਨਾਨਕ ਸਾਹਿਬ ਨੇ ਉਸ ਮਾਲਕ ਦੀ ਬਾਣੀ ਜਿੱਥੇ ਉਚਾਰਨ ਕੀਤੀ ਉਥੇ ਉਸ ਬਾਣੀ ਨੂੰ ਸੰਭਾਲਿਆ ਤਾਂ ਕਿ ਆਪਣੇ ਸਿੱਖਾਂ ਨੂੰ ਗੁਰਸਿੱਖਾਂ ਨੂੰ ਉਹ ਬਾਣੀ ਅੱਗੇ ਪਾਸ ਆਨ ਕਰਕੇ ਔਰ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਕਿਉਂਕਿ ਦੂਰ ਅੰਦੇਸ਼ੀ ਗੁਰੂ ਨਾਨਕ ਸਾਹਿਬ ਜੀ ਦੀ ਕਿ ਸੰਗਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਹੈ ਜੇ ਨਾਮ ਜਪਣ ਵੰਡ ਛਕਣ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਨੇ ਵੰਡ ਕੇ ਛਕਿਆ ਉਸ ਦੀ ਉਦਾਹਰਣ ਪੇਸ਼ ਕੀਤੀ 20 ਰੁਪਏ ਪਿਤਾ ਜੀ ਨੇ ਦਿੱਤੇ ਸੱਚਾ ਸੌਦਾ ਕਰਨ ਵਾਸਤੇ ਵਪਾਰ ਕਰਨ ਵਾਸਤੇ ਤੇ ਗੁਰੂ ਨਾਨਕ ਸਾਹਿਬ ਨੇ ਉਹ 20 ਰੁਪਿਆ ਦਾ ਜਿਹੜੇ ਲੋੜਵੰਦ ਸਾਧੂ ਸਨ ਉਹਨਾਂ ਨੂੰ ਲੰਗਰ ਸ਼ਿਕਾਇਆ ਤੇ ਸੱਚ ਜਾਣਿਓ ਜੇ ਅੱਜ ਉਹ 20 ਰੁਪਏ ਦਾ ਲੰਗਰ ਜਿਹੜਾ ਅੱਜ ਦੁਨੀਆ ਭਰ ਦੇ ਵਿੱਚ ਹਰ مصیبت ਦੇ ਸਮੇਂ ਹਰ ਲੋੜ ਦੇ ਸਮੇਂ ਹਰ ਤਰਾਸਦੀ ਦੇ ਸਮੇਂ ਉਹ 20 ਰੁਪਏ ਦਾ ਲੰਗਰ ਜਿਹੜਾ ਹੈ ਅੱਜ ਸੰਗਤਾਂ ਵੱਲੋਂ ਲਗਾਇਆ ਜਾਂਦਾ ਜਿੱਥੇ ਕਰੋੜਾਂ ਲੋਕ ਲੰਗਰ ਛਕਦੇ ਆ ਤੁਸੀਂ ਦੇਖਿਆ ਜਦੋਂ ਵੀ ਭੀੜ ਪਈ ਹੈ ਚਾਹੇ ਕੋਈ ਤਰਾਸਦੀ ਆਈ ਹੈ ਚਾਹੇ ਕਰੋਨਾ ਦੀ ਮਹਾਮਾਰੀ ਆਈ ਚਾਹੇ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਇਸ ਕਾਇਨਾਤ ਦੇ ਉੱਤੇ ਸਮੱਸਿਆ ਆਈ ਹੋਵੇ ਗੁਰੂ ਨਾਨਕ ਦੇ ਘਰ ਤੋਂ ਹਮੇਸ਼ਾ ਲੰਗਰ ਲਗਾਏ ਜਾਂਦੇ ਆ ਜੇ ਕਿਰਤ ਕਰਨ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਰਤ ਕਰਨ ਦੀ ਗੱਲ ਕੀਤੀ ਕਿ ਆਪਣੇ ਦਸਾਂ ਨੋਵਾਂ ਦੀ ਕਿਰਤ ਕਰੋ ਤੇ ਦਸਾਂ ਨੋਵਾਂ ਦੀ ਕਿਰਤ ਦੇ ਵਿੱਚੋਂ ਜੋ ਤੁਸੀਂ ਕਮਾਓ ਉਸ ਦੇ ਵਿੱਚੋਂ ਦਸਵੰਦ ਕੱਢ ਕੇ ਲੋੜਵੰਦਾਂ ਦੀ ਮਦਦ ਕਰੋ ਇਹ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਅੱਜ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਫਲਸਫੇ ਦੇ ਉੱਤੇ ਪਹਿਰਾ ਦਈਏ ਨਾਮ ਜਪੀਏ ਗੁਰੂ ਦੇ ਲੜ ਲੱਗੀਏ ਉਸ ਮਾਲਕ ਦੀ ਬਾਣੀ ਦੇ ਲੜ ਲੱਗੀਏ ਫਿਰ ਕਿਰਤ ਕਰੀਏ ਕਿਰਤ ਕਰਕੇ ਇਮਾਨਦਾਰੀ ਦੇ ਕਿਰਤ ਕਰਕੇ ਦਸਾਂ ਨੋਵਾਂ ਦੇ ਕਿਰਤ ਕਰਕੇ ਉਸ ਦੇ ਵਿੱਚੋਂ ਦਸਵੰਦ ਕੱਢ ਕੇ ਗੁਰੂ ਘਰ ਦੀ ਸੇਵਾ ਤੇ ਲੋੜਵੰਦਾ ਦੀ ਸੇਵਾ ਦੇ ਉੱਤੇ ਲਗਾਇਆ ਜਾਏ ਫਿਰ ਵੰਡ ਛਕੀਏ ਇਹ ਸਾਡਾ ਜੋ ਫਲਸਫਾ ਹੈ ਉਸ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਗੁਰੂ ਨਾਨਕ ਸਾਹਿਬ ਨੇ ਅੱਜ ਦੇਖੋ ਪ੍ਰਚਾਰ ਬਹੁਤ ਸਾਰਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਪੂਰੇ ਸੰਸਾਰ ਭਰ ਦੇ ਵਿੱਚ ਦੇਖੋਗੇ ਤੁਸੀਂ ਗੁਰੂ ਘਰਾਂ ਤੋਂ ਪ੍ਰਚਾਰ ਹੋ ਰਿਹਾ ਲਾਈਵ ਟੈਲੀਵਿਜ਼ਨਾਂ ਦੇ ਉੱਤੇ ਲਾਈਵ ਚੈਨਲਾਂ ਦੇ ਉੱਤੇ ਪ੍ਰਚਾਰ ਹੁੰਦਾ ਹੈ ਲੇਕਿਨ ਉਸ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਅਸੀਂ ਪ੍ਰੇਰਣਾ ਦੇਣ ਦੇ ਵਿੱਚ ਕਾਮਯਾਬ ਨਹੀਂ ਹਾਂ ਉਸ ਦਾ ਕਾਰਨ ਕੀ ਹੈ ਜੇ ਗੁਰੂ ਨਾਨਕ ਸਾਹਿਬ ਪੈਦਲ ਜਾ ਕੇ ਬਗੈਰ ਕਿਸੇ মিডিਆ ਦੇ ਕਨ ਕਨ ਦੇ ਵਿੱਚ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਸਿੱਖੀ ਦਾ ਪ੍ਰਚਾਰ ਕਰ ਸਕਦੇ 550 ਸਾਲਾਂ ਤੋਂ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਚਾਹੇ ਉਹ ਇੱਕ ਰਾਤ ਰੁਕੇ ਚਾਹੇ ਇੱਕ ਹਫਤਾ ਰੁਕੇ ਚਾਹੇ ਇੱਕ ਮਹੀਨਾ ਰੁਕੇ ਜੋ ਪ੍ਰਚਾਰ ਗੁਰੂ ਨਾਨਕ ਸਾਹਿਬ ਨੇ ਉੱਥੇ ਕੀਤਾ ਅੱਜ 550 ਸਾਲਾਂ ਤੋਂ ਬਾਅਦ ਵੀ ਉੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਗੁਰੂ ਨਾਨਕ ਦੀ ਗੱਲ ਕਰਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜੋ ਉਪਦੇਸ਼ ਦਿੱਤਾ ਉਸ ਦੇ ਉੱਤੇ ਪਹਿਰਾ ਦਿੱਤਾ ਜੋ ਗੱਲ ਕਹੀ ਜੋ ਕਰਨੀ ਸੀ ਜੋ ਕਥਨੀ ਸੀ ਉਹ ਕਰਨੀ ਸੀ ਅੱਜ ਪ੍ਰਚਾਰ ਅਸੀਂ ਜ਼ਰੂਰ ਕਰਦੇ ਆਂ ਪਰ ਜੋ ਅਸੀਂ ਪ੍ਰਚਾਰ ਕਰਦੇ ਆਂ ਉਸ ਦੀ ਲੋੜ ਹੈ ਕਿ ਅਸੀਂ ਆਪਣੇ ਉੱਤੇ ਐਪਲੀਕੇਬਲ ਕਰੀਏ ਜਦੋਂ ਸੰਗਤ ਨੇ ਕਿਸ ਵੱਲੇ ਦੇਖਣਾ ਹੈ ਨੇਤਾਵਾਂ ਵੱਲੇ ਆਪਣੇ ਲੀਡਰਾਂ ਵੱਲੇ ਧਾਰਮਿਕ ਲੀਡਰਾਂ ਵੱਲੇ ਪ੍ਰਚਾਰਕਾਂ ਵੱਲੇ ਤੇ ਜੇ ਪ੍ਰਚਾਰਕ ਜੋ ਕਹਿਣਗੇ ਸਟੇਜ ਤੋਂ ਕਿ ਆ ਉਹ ਆਪਣੇ ਉੱਤੇ ਲਾਗੂ ਕਰਦੇ ਆ ਇਹ ਜ਼ਰੂਰੀ ਆ ਜੇ ਅੱਜ ਅਸੀਂ ਜੋ ਸਟੇਜ ਤੋਂ ਕਹਿੰਨੇ ਆ ਇਹ ਆਪਣੇ ਉੱਤੇ ਲਾਗੂ ਕਰੀਏ ਆਪਣੇ ਪਰਿਵਾਰ ਦੇ ਉੱਤੇ ਲਾਗੂ ਕਰੀਏ ਤੇ ਸੰਗਤ ਜੀ ਫਿਰ ਉਸ ਦਾ ਵੱਡਾ ਪ੍ਰਚਾਰ ਹੋਏਗਾ ਉਸ ਦੀ ਖੁਸ਼ਬੂ ਦੂਰ ਦੂਰ ਤੱਕ ਪਹੁੰਚੇਗੀ ਸੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸਰਬ ਸੰਜੀਵਤਾ ਦੀ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀਤੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੈਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਨਾਨਕ ਸਾਹਿਬ ਨੇ ਸਰਬਸਾਂਝੀ ਵਾਲਤਾ ਦੀ ਗੱਲ ਕੀਤੀ ਅੱਜ ਸਾਨੂੰ ਲੋੜ ਹੈ ਉਸੇ ਸਰਬਸਾਂਝੀ ਵਾਲਤਾ ਦੀ ਗੱਲ ਕਰੀਏ ਕਿਉਂਕਿ ਸਿੱਖੀ ਦਾ ਹਮੇਸ਼ਾ ਫਲਸਫਾ ਹੈ ਕਿ ਅਸੀਂ ਸਾਰਿਆਂ ਨੂੰ ਆਪਣੀ ਗੱਲ ਵਕੜੀ ਦੇ ਵਿੱਚ ਲੈ ਕੇ ਚੱਲਦੇ ਆ ਕੋਈ ਭੇਦ ਭਾਵ ਨਹੀਂ ਗੁਰੂ ਘਰਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਸਿੱਖ ਕੌਮ ਦੇ ਵਿੱਚ ਊਚ ਨੀਚ ਜਾਤ ਪਾਤ ਦਾ ਭੇਦ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਤਾਂ ਸਾਰਾ ਮਿਟਾ ਦਿੱਤਾ ਸਾਰੇ ਸਿੱਖ ਬਰਾਬਰ ਹਨ ਅੱਜ ਅਸੀਂ ਆਪਣੇ ਵਿੱਚ ਵੰਡੀਆਂ ਪਾਈ ਫਿਰਦੇ ਆ ਅੱਜ ਗੁਰੂ ਨਾਨਕ ਸਾਹਿਬ ਦੇ ਉਸ ਫਲਸਫੇ ਦੇ ਉੱਤੇ ਪੈਰਾ ਦੇਣ ਦੀ ਲੋੜ ਹੈ ਸੋ ਮੈਂ ਸਮੂਹ ਸਿੱਖ ਸੰਗਤ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦੇਣਾ ਉੱਥੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਕਾਰਜ ਜੋ ਕੀਤੇ ਜਾ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਜਲਦੀ ਸੰਗਤ ਦੇ ਸਪੁਰਦ ਹੋਣਗੇ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਮੈਂ ਉਸ ਨੂੰ ਰਿਪੀਟ ਨਹੀਂ ਕਰਨਾ ਪਰ ਮੈਂ ਇੱਕ ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ ਔਰ ਉਸ ਦੇ ਵਿੱਚ ਆਪ ਸੰਗਤ ਜੀ ਤੁਸੀਂ ਵੀ ਕਿਉਂਕਿ ਤੁਹਾਡਾ ਯੋਗਦਾਨ ਤੁਹਾਡੇ ਯੋਗਦਾਨ ਤੋਂ ਬਗੈਰ ਅਸੀਂ ਉਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਇਹ ਸਾਡਾ ਸਾਂਝਾ ਕਾਰਜ ਹੈ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਨੇ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ ਸਕੂਲਾਂ ਦੀ ਸਾਡੇ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਜਿਹੜੇ ਸਾਡੇ ਸਕੂਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ ਜਿਹੜੇ ਕਿ ਵਿਰੋਧੀਆਂ ਦੀ ਰਾਜਨੀਤੀ ਦੀ ਪੇੜ ਚੜ੍ਹੇ ਆ ਜਿਨ੍ਹਾਂ ਨੇ ਰੱਜ ਕੇ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਨਹੀਂ ਸਮਝਿਆ ਕਿ ਕੌਮ ਦਾ ਵਿਰਸਾ ਹੈ ਇਹ ਕਿਸੇ ਕਮੇਟੀ ਦੇ ਜਾਂ ਕਿਸੇ ਪਰਸਨਲ ਦੀ ਪ੍ਰਾਪਰਟੀ ਨਹੀਂ ਹੈ ਇਹ ਕੌਮ ਦਾ ਵਿਰਸਾ ਹੈ ਕੌਮ ਦੇ ਸਕੂਲ ਹੈ ਇਹਨਾਂ ਦੀ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਆ ਇਹਨਾਂ ਦੀ ਬੁਰਾਈ ਸੋਸ਼ਲ ਮੀਡੀਆ ਤੇ ਨਹੀਂ ਹੋਣੀ ਚਾਹੀਦੀ ਲੇਕਿਨ ਰਾਜਨੀਤਿਕ ਲਾਹਾ ਲੈਣ ਕਰਕੇ ਬਹੁਤ ਸਾਰੀਆਂ ਬੁਰਾਈਆਂ ਕੀਤੀਆਂ ਗਈਆਂ ਜਿਨ੍ਹਾਂ ਦਾ ਨਤੀਜਾ ਤੁਹਾਡੇ ਸਾਹਮਣੇ ਆ ਲੇਕਿਨ ਇਸ ਟੀਮ ਨੇ ਪੈਂਟ ਸੇਵਾਵਾ ਕਰਕੇ ਉਸ ਸਕੂਲਾਂ ਦਾ ਵਾਪਸ ਉਸ ਦੀ ਗਲੋਰੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਸੰਗਤ ਜੀ ਮੈਂ ਅੱਜ ਤੁਹਾਡੇ ਕੋਲੋਂ ਇੱਕ ਵਾਅਦਾ ਜ਼ਰੂਰ ਚਾਹਨਾ ਮੈਂ ਪਹਿਲੇ ਵੀ ਪਲੇਟਫਾਰਮਾਂ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਆ ਔਰ ਅੱਜ ਫੇਰ ਕਰਦਾ ਕਿ ਸਕੂਲ ਅਗਰ ਵਾਪਸ ਉਸ ਗਲੋਰੀ ਦੇ ਉੱਤੇ ਆ ਸਕਦੇ ਆ ਜਿਸ ਗਲੋਰੀ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਲਾਉਣ ਵਾਸਤੇ ਸ਼ਿਫਾਰਿਸ਼ਾਂ ਪੈਂਦੀਆਂ ਸਨ ਉਸ ਵਾਸਤੇ ਤੁਹਾਡਾ ਯੋਗਦਾਨ ਚਾਹੀਦਾ ਆਓ ਸਾਂਝੇ ਤੌਰ ਦੇ ਉੱਤੇ ਸਾਰੇ ਹੀ ਪਰਨ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਆਉਣ ਵਾਲੇ ਸੈਸ਼ਨ ਦੇ ਵਿੱਚ ਪਾਵਾਂਗੇ ਕਿਉਂਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਜੋ ਸਟੈਂਡਰਡ ਹੈ ਵਿੱਦਿਆ ਦਾ ਉਹ ਕਿਸੇ ਵੀ ਸਕੂਲ ਤੋਂ ਘੱਟ ਨਹੀਂ ਹੈ ਜੇ ਸਟਾਫ ਦੀ ਗੱਲ ਕਰੀਏ ਤੇ ਕੁਆਲੀਫਾਈਡ ਸਟਾਫ ਹੈ ਜੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤੇ ਬੈਸਟ ਇਨਫਰਾਸਟ੍ਰਕਚਰ ਸਕੂਲਾਂ ਦੇ ਵਿੱਚ ਹੈ 스마트 ਕਲਾਸਾਂ ਸਕੂਲਾਂ ਦੇ ਵਿੱਚ ਹੈ ਹਰ ਤਰ੍ਹਾਂ ਦੀ ਸੁਵਿਧਾ ਇਹਨਾਂ ਸਕੂਲਾਂ ਦੇ ਵਿੱਚ ਹੈ ਕੇਵਲ ਔਰ ਕੇਵਲ ਅਗਰ ਕਾਟੇ ਤਾਂ ਸਾਨੂੰ ਆਪਣੀ ਸੋਚ ਬਦਲਣ ਦੀ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣਾ ਪਵੇਗਾ ਆਪਣੇ ਸਕੂਲਾਂ ਨੂੰ ਜਿਐਕਸੀ ਬਚਾਉਣਾ ਹੈ ਤੇ ਅੱਜ ਪਰਨ ਕਰੀਏ ਜਿੰਨੇ ਇੱਥੇ ਬੈਠੇ ਆਂ ਔਰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਇਸ ਲਾਈਵ ਚੈਨਲ ਦੇ ਥਰੂ ਸੁਣ ਰਹੇ ਆ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਉਹ ਵੀ ਇਸ ਗੱਲ ਦੀ ਪ੍ਰੇਰਣਾ ਕਰਨ ਕਿ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਪਾਈਏ ਸੋ ਮੈਂ ਇੱਕ ਜਗਾਰਾ ਛੱਡਾਂਗਾ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਇੱਕ ਪਰਨ ਹੈ ਕਿ ਆਪਾਂ ਆਪਣੇ ਸਕੂਲਾਂ ਨੂੰ ਮੁੜ ਸੁਰਜੀਤ ਕਰਨਾ ਹੈ ਤੇ ਅਸੀਂ ਸਾਰੇ ਉਸ ਦੇ ਵਿੱਚ ਕੰਟਰੀਬਿਊਟ ਕਰਾਂਗੇ ਬੋਲੇ ਸੋ ਨਿਹਾਲ ਸੋ ਜਦੋਂ ਅਸੀਂ ਸਾਰੇ ਸੰਗਤ ਮਿਲ ਕੇ ਹਮਲਾ ਮਾਰਾਂਗੇ ਤੇ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਜਦੋਂ ਇਹ ਸਕੂਲ ਵਾਪਸ ਸੁਰਜੀਤ ਹੋਣਗੇ ਬੋਲੇ ਸੋ ਨਿਹਾਲ ਉਨਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਨੂੰ ਤੇ ਕਰਮ ਸਰ ਜੀ ਨੂੰ ਉਹ ਮਨਜੀਤ ਸਿੰਘ ਸਿਰਸਾ ਜੀ ਨੂੰ ਸਤ ਸ੍ਰੀ ਅਕਾਲ ਗੁੰਜਾ ਸਖਵਤ ਜੀਆਂ ਸਾਡੇ ਖਾਸ ਪੇਸ਼ਕਸ਼ ਦੇ ਵਿੱਚ ਪਸਾ ਨਹੀਂ ਮੈਨੂੰ ਉਹਦੇ ਇਜਾਜ਼ਤ ਧੰਨਵਾਦ